वट्सअप में न्यू सेटिंग आई है जिनकी मदद तू आप वट्सअप पर एच डी क्वालिटी वीडियो अपलोड कर सका और एच डी क्वालिटी फोटो अपलोड कर सकता जिया कि थाने पतो भी होगो कि आप वट्सअप स्टेटस पर कोई फोटो या वीडियो अपलोड करा तो वह क्वालिटी बहुत ही ज़्यादा खराब हो जाए वीडियो फोटो बलर हो जाए लेकिन ई वीडियो में थाना एक इसी सेटिंग बताऊँ जिंकी मदद तू थे व्हाट्सएप स्टेटस पर एच डी क्वालिटी फोटो वीडियो अपलोड कर पाओ ਇਹ ਖਾਤਰ ਤੇ ਵੀਡੀਓ ਨੂੰ ਬਿਨਾਂ ਸਕਿੱਪ ਕਰੇ ਲਾਸਟ ਤੱਕ ਦੇਖਿਓ ਰਾਮ ਰਾਮ ਬਿਸਾਰਨ ਟੈਗ ਢਾਬਾ ਪਤਾਰਾ ਸਵਾਗਤ ਹੈ ਚਲੋ ਆਪਾਂ ਵੀਡੀਓ ਸਟਾਰਟ ਕਰਾਂ ਸਭ ਤੋਂ ਪਹਿਲਾਂ ਆਪਾਂ WhatsApp ਨਾ ਓਪਨ ਕਰਾਂਗਾ ਓਪਨ ਕਰਨ ਕਾ ਬਾਅਦ ਆਪਾਂ ਪਲੱਸ ਵਾਲਾ ਆਈਕਨ 'ਤੇ ਕਲਿੱਕ ਕਰਾਂਗਾ ਅੜਾ ਆਣ ਕਾ ਬਾਅਦ ਜੋ ਆਪਣਾ ਖੁਦ ਕਾ ਪਰਸਨਲ ਨੰਬਰ ਹੋਵੇ ਜੋ ਮੈਸੇਜ ਯੂਅਰਸੈਲਫ ਹੋਇਆ ਇਸਪਾ ਕਲਿੱਕ ਕਰ ਦੇਵਾਂਗਾ ਇਸਪਾ ਜਾਣ ਕਾ ਬਾਦ ਅਡਾਪਾ ਗੈਲਰੀ ਮੂ ਕੁਛ ਵੀ ਫੋਟੋ ਲੈਵਾਂਗਾ ਜਣੀ ਯਾ ਫੋਟੋਜ਼ ਲੈ ਲਈ ਅਬ ਅਡਾ ਐਚਡੀ ਕੁਆਲਿਟੀ ਕਾ ਆਪਸ਼ਨ ਦਿਖਾ ਇਸਪਾ ਕਲਿੱਕ ਕਰ ਦੇਵਾਂਗਾ ਇਸਪਾ ਕਲਿੱਕ ਕਰਨ ਕਾ ਬਾਦ ਐਚਡੀ ਕੁਆਲਿਟੀ ਅਡਾ ਕਲਿੱਕ ਕਰਾਂਗਾ ਅਡਾ ਕਲਿੱਕ ਕਰਨ ਕਾ ਬਾਦ ਅਬੀ ਯਾ ਫੋਟੋ ਐਚਡੀ ਕੁਆਲਿਟੀ ਮੇ ਸੇਵ ਹੋ ਗਈ ਰ ਆਪਾ ਸੈਂਡ ਕਰ ਦੇਵਾਂਗਾ ਇਹ ਵੀ ਆਜ ਡਿਕਵਾਲਿਟੀ ਮਾ ਆਪਣਾ ਦੋਰਾ ਹੈ ਜਾਂ ਫੋਟੋ ਆ ਗਈ ਅਭੀ ਇਸਨੇ ਸਟੇਟਸ ਪਾ ਲਾਣ ਖਾਤਰ ਆਪਾਂ ਇਸਪਕ ਲਈ ਕਰਾਂਗਾ ਔਰ ਫੋਰਵਰਡ অপਸ਼ਨ ਪਕ ਲਈ ਕਰ ਦੇਵਾਂਗਾ ਇਸ ਪਕ ਕਰਨ ਕਾ ਬਾਦ ਇਸ ਤਰੀਆਂ ਯੋਕ ਪੇ ਜਾਵਗਾ ਆਪਣਾ ਦੋਰਾ ਐ ਅਡਾ ਆਪਾਂ ਕੁਛ ਇਮੋਜੀ ਲਗਾ ਲੈਵਾਂਗਾ ਔਰ ਮਾਈ ਸਟੇਟਸ ਹੈ ਇਸ ਪਕ ਲਈ ਕਰ ਦੇਵਾਂਗਾ ਅਡਾ ਥਰੀ ਬਿੰਦੂ ਪਾ ਆਪਾਂ ਕੋਈ ਪ੍ਰਾਈਵੇਸੀ ਸੈਟ ਕਰਨੀ ਹੈ ਤਾਂ ਵਾ ਵੀ ਕਰ ਸਕਾਂ ਆਪਾਂ ਔਰ ਡਨ ਕਰ ਦੇਵਾਂਗਾ ਸਿੱਧਾ ਹੀ ਆ ਵੀ ਫੋਰਵਰਡ ਕਰ ਦੇਵਾਂਗਾ ਈ ਮੈਂ ਤੁਹਾਨੂੰ ਦਿਖਾਉਂਗੀ ਕਿ ਆਪਣੇ ਸਟੇਟਸ ਐ ਉਸ ਪੈ ਕਿੰਨੀ ਬੜੀਆ ਕੁਆਲਿਟੀ ਮੇ ਫੋਟੋ ਅਪਲੋਡ ਹੋਈ ਐ ਯਾ ਦੇਖੋ ਬਹੁਤ ਹੀ ਬੜੀਆ ਕੁਆਲਿਟੀ ਮੇ ਇਸੇ ਤਰੀਆ ਆਪਾਂ ਵੀਡੀਓ ਵੀ ਅਪਲੋਡ ਕਰ ਸਕਾਂ ਵੀਡੀਓ ਅਪਲੋਡ ਕਰਨ ਖਾਤਰ ਵੀ ਸੇਮ ਪ੍ਰੋਸੈਸ ਰਹੇਗਾ ਪਲੱਸ ਵਾਲਾ ਆਈਕਨ ਪਕਲਿਕ ਰਾਂਗਾ ਅਡਾ ਫੋਟੋ ਭੇਜੀ ਸੀ ਇਸੇ ਤਰੀਆ ਆਪਾਂ ਕੋਈ ਵੀਡੀਓ ਭੇਜ ਦੇਵਾਂਗਾ ਇਸ ਤਰ੍ਹਾਂ ਆਪਾਂ WhatsApp ਸਟੇਟਸ 'ਤੇ HD ਕੁਆਲਿਟੀ ਵਿੱਚ ਵੀਡੀਓ ਫੋਟੋ ਲਗਾ ਸਕਾਂ HD ਕੁਆਲਿਟੀ ਵਿੱਚ ਸੈੱਟ ਕਰਨ ਕਬਾਦ ਨਾ ਤਾਂ ਵੀਡੀਓ ਬਲਰ ਹੋਵੇਗੀ ਨਾ ਖਰਾਬ ਹੋਵੇਗੀ ਤਾਂ ਵੀ ਇਸੇ ਤਰ੍ਹਾਂ ਅਬੀ ਸਟੇਟਸ ਲਗਾਇਆ ਕਰਿਓ ਤੁਮਨੇ ਮੇਰੀ ਵੀਡੀਓ ਪਸੰਦ ਆਈ ਹੋ ਤਾਂ ਲਾਈਕ ਕਰ ਦਿਓ ਔਰ ਚੈਨਲ ਸਬਸਕ੍ਰਾਈਬ ਕਰ ਦਿਓ ਧੰਨਵਾਦ ਵੀ ਸਾਰਾ ਨੇ